ਦੀ ਸ਼ਾਮ ਪਿੰਡ ਮੇਹਰ ਸਿੰਘ ਵਾਲੇ ਇੱਕ ਲੜਕੀ ਨਾਲ ਰੇਪ ਦੀ ਮਤਲਬ ਕਿ ਸ਼ਿਕਾਇਤ ਮਿਲੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਕਿ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਦਰਜ ਕੀਤਾ। ਕੀ ਗੱਲਬਾਤ ਹੋਈ ਆ ਬਾਈ ਤੁਹਾਡੇ ਨਾਲ? ਗੱਲਬਾਤ ਇਹ ਹੋਈ ਹੈ ਜੀ, ਆਪਣੇ 9 ਸਾਲਿਆਂ ਦੀ ਗੁੱਡੀਆਂ ਸੀਗੀ, ਉਹ ਦੁਕਾਨ 'ਤੇ ਕਰਿਆਨੇ ਦੀ ਦੁਕਾਨ 'ਤੇ ਸੌਦਾ ਲੈਣ ਗਈ ਆ। ਸਾਡੇ ਪਿੰਡੋਂ ਗੋਰੀਆਂ ਸਿੱਖਾਂ ਦਾ ਮੁੰਡਾ ਸੀਗਾ ਜਿਹਦੇ ਕੋਲ ਛੋਟਾ ਹਾਥੀ ਸੀਗਾ, ਉਹਦੀ ਦਾਰੂ ਪੀਤੀ ਸੀਗੀ। ਕੀ ਨਾਮ ਬਾਈ ਉਹਦਾ? ਉਹਦਾ ਜੀ, ਉਹਦਾ ਕਾਕਾ ਵੀ ਕਹਿ ਦਿੰਦੇ ਜੀ, ਮਨਪ੍ਰੀਤ ਵੀ ਕਹਿ ਦਿੰਦੇ ਆ, ਦਲੀਪ ਸਿੰਘ ਦਾ ਮੁੰਡਾ। ਅਤੇ ਉਹਨੇ ਧੱਕੇ ਨਾਲ ਜਬਰਦਸਤੀ ਨਾਲ ਉਹਨੇ ਆਪਣੀਆਂ ਗੁੜੀਆਂ ਨੂੰ ਗੱਡੀ 'ਚ ਬਹਾ ਲਈ ਹੈ। ਗੱਡੀ 'ਚ ਬਹਾ ਕੇ ਆਖੇ ਮੈਂ ਪਹਿਲਾਂ ਤਾਂ ਆਉਂਦਾ ਪੁੱਤ, ਮੈਂ ਆਖੇ ਤੁਹਾਡੀ ਗਲੀ 'ਚ ਤਾਰ ਦੂੰਗਾ। ਮੁੜ ਕੇ ਗਲੀ 'ਚ ਨਾ ਤਾਰਿਆ, ਮੁੜ ਕੇ ਗੱਡੀ ਸਿੱਧੀ ਲੈ ਗਿਆ। ਮੁੜ ਕੇ ਆਉਂਦਾ ਆਖੇ ਪੰਪ ਤੋਂ ਤੇਲ ਪਵਾ ਕੇ ਆਪਾਂ ਵਾਪਸ ਆ ਜਾਵਾਂਗੇ, ਮੁੜ ਕੇ ਤਾਰ ਦੂੰਗਾ ਜੇ। ਮੁੜ ਕੇ ਸਾਡੇ ਉੱਥੇ ਕੋਲ 2 ਕਿਲੋਮੀਟਰ 'ਤੇ ਫਿਰ ਉਹ ਕੀ ਪਿੰਡ ਆ, ਉੱਥੇ ਆਪਣੇ ਜੀਰੇ ਦੀ ਨਹਿਰ ਆਉਂਦੀ ਹੈ, ਫਿਰ ਨਹਿਰ ਦੇ ਉੱਤੇ ਲੈ ਗਿਆ ਗੁੜੀਆਂ ਨੂੰ। ਉੱਥੇ ਉਹਨੇ ਜੋ ਵੀ ਕੀਤਾ ਆਪਾਂ ਵੇਖਿਆ ਨਹੀਂ ਗਾ, ਅੱਖੀਂ ਵੀ ਕੀ ਕੀਤਾ ਕੀ ਨਹੀਂ ਕੀਤਾ ਗਾ। ਜਮ੍ਹਾਂ ਗੁੜੀਆਂ ਜਦੋਂ ਅਸੀਂ ਮੌਕੇ 'ਤੇ ਗਏ, ਜਦੋਂ ਸਾਨੂੰ ਪਤਾ ਲੱਗਾ, ਅਸੀਂ ਗੁਰਦੁਆਰੇ ਅਨਾਊਂਸਮੈਂਟ ਵੀ ਕਰਾਈ ਆ, ਸਾਰੇ ਪਿੰਡ ਨੂੰ ਨਗਰ ਨੂੰ ਪਤਾ, ਸਾਡਾ ਸਾਰਾ ਪਿੰਡ ਗਵਾਹੀ ਦਿੰਦਾ ਉਸ ਖਾਤਰ। ਅਤੇ ਜਦੋਂ ਅਸੀਂ ਗਵਾਹੀ ਦਿੱਤੀ, ਸਾਰੇ ਮੁੰਡੇ ਯਾਰ ਦੋਸਤ ਮੇਰੇ ਆ ਕੇ ਅਤੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ। ਮੈਂ ਕਿਹਾ ਐਂ ਕਰਕੇ ਆਪਣੀ ਗੁੜੀਆ ਮੈਂ ਫਿਰ ਪਤਾ ਨਹੀਂ ਕਿੱਥੇ ਗਈ ਹੈ। ਅਸੀਂ ਦੇਖਭਾਲ ਕੀਤੀ ਤਾਂ ਵਿੱਚੋਂ ਮੇਰੇ ਯਾਰ ਦੋਸਤ ਸੀਗੇ, ਇੱਕ ਸਾਡਾ ਮਾਮਾ ਜੀ ਸੀਗਾ, ਵਿੱਚੋਂ ਮੇਰੇ ਯਾਰ ਦੋਸਤ ਵਿਹਦੇ ਸੀਗੇ, ਉਹਨੂੰ ਬੈਠੇ ਨੂੰ ਲਿਜਾਂਦੇ ਨੂੰ, ਗੁੜੀਆ ਨੂੰ ਚੱਕਦੇ ਨੂੰ, ਉਹ ਗੁੜੀਆ ਚੱਕ ਕੇ ਲੈ ਗਏ। ਅਤੇ ਅਸੀਂ ਉਹਦੀ ਮੁੜ ਕੇ ਪੜਤਾਲ ਕੀਤੀ, ਪੜਤਾਲ ਕੀਤੀ ਅਤੇ ਅਸੀਂ ਜਦੋਂ ਆਸੇ ਪਾਸੇ ਸਾਰੇ ਘੁੰਮ ਲਏ ਪਿੰਡ ਦੇ, ਫਿਰ ਉਹ ਵੀ ਘੁੰਮ ਲਏ, ਅਸੀਂ ਮਰਖਾਈ ਘੁੰਮ ਲਏ, ਮਰਖਾਈ ਦੀ ਦਾਣਾ ਮੰਡੀ ਘੁੰਮ ਲਈ, ਸਾਰੀ ਘੁੰਮ ਲਈ। ਅਸੀਂ ਮੁੜ ਕੇ ਅਸੀਂ ਜਦੋਂ ਨਹਿਰ ਅੰਨੀ ਨੂੰ ਗਏ ਆ, ਨਹਿਰ ਅੰਨੀ ਗਏ ਆ, ਕਿੱਦਾਂ ਨਹਿਰ ਤੋਂ ਆਪਣੇ ਇੱਕ ਕਿੱਲਾ ਕੁ ਵਾਟ ਬਾਬੇ ਦੀ ਜਗ੍ਹਾ, ਉੱਥੇ ਨਹਿਰ ਦੀ ਪਾਲਟੀ 'ਤੇ ਉਹ ਗੱਡੀ ਲਾਈ ਬੈਠਾ ਅਤੇ ਉਹਨੂੰ ਪਤਾ ਉਹਨੂੰ ਲੱਗਾ ਸੀ ਵੀ ਮੇਰੇ ਪਿੱਛੇ ਬਾਹਰ ਆ ਗਈ ਆ, ਮੇਰਾ ਪਤਾ ਲੱਗ ਜੂਗਾ, ਹੁਣ ਮੈਂ ਫੜਿਆ ਜੂੰਗਾ। ਉਹ ਗੱਡੀ ਨੂੰ ਛੱਡ ਕੇ, ਉਵੇਂ ਗੁੜੀਆਂ ਨੂੰ ਛੱਡ ਕੇ, ਅਤੇ ਉਹ ਭੱਜ ਤੁਰਿਆ ਕਣਕਾਂ ਦੇ ਹਨੇਰੇ ਦਾ ਮੌਕਾ ਉਹ ਠਾ ਕੇ ਅਤੇ ਉਹ ਭੱਜ ਗਿਆ। ਅਸੀਂ ਮੁੜ ਕੇ ਗੁੜੀਆਂ ਨੂੰ ਲੈ ਗਏ ਹੋਸਪਿਟਲ, ਲੈ ਗਏ, ਪੁਲਿਸ ਨੂੰ ਦਰਖਾਸਤ ਦਿੱਤੀ ਆ, ਪਰਚਾ ਕਟਾਇਆ ਉਹ 'ਤੇ, ਔਰ ਪੁਲਿਸ ਨੇ ਆ ਕੇ ਗੁੜੀਆਂ ਨੂੰ ਵੀ ਲਗਾਏ ਆ ਅਤੇ ਗੱਡੀ ਨੂੰ ਵੀ ਲਗਾਏ ਆ। ਗੱਡੀ ਹਜੇ ਤੱਕ ਜੀਰੇ ਥਾਣੇ 'ਚ ਖੜੀ ਹੈ, ਸਦਰ ਥਾਣੇ 'ਚ ਜੀ। ਮੁੜ ਕੇ ਉਹ ਫਰਾਰ ਆ ਜੀ, ਉਹ ਹੁਣ ਪਤਾ ਨਹੀਂ ਕਿੱਥੇ ਆ, ਕਿੱਥੇ ਨਹੀਂ ਗਾ, ਇਹਦਾ ਹੁਣ ਮਹਾਰਾਜ ਜਾਣਦਾ ਵੀ ਕਿੱਥੇ ਆ। ਜੇ ਕੋਈ ਪਤਾ ਲੱਗਦਾ ਹੋਵੇ ਕਿਸੇ ਨੂੰ ਵੀ, ਤਾਂ ਕੋਈ ਅਸੀਂ ਹੁਣ ਸਾਰੇ ਖਬਰ ਕੀਤੀ ਆ ਵੀ, ਰਿਸ਼ਤੇਦਾਰੀਆਂ 'ਚ ਵੀ ਖਬਰ ਕੀਤੀ ਆ ਵੀ ਕਿਸੇ ਨੂੰ ਵੀ ਪਤਾ ਲੱਗ ਜੇ ਕਿਤੇ ਵੀ ਹੋਵੇ ਬੰਦਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਹਾਂਜੀ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੀ, ਅਸੀਂ ਤਾਂ ਮੌਤ ਹੀ ਚਾਹੁੰਦੇ ਉਹਦੀ, ਅਸੀਂ ਤਾਂ ਬਸ ਇਕੱਲੇ ਮੌਤ ਹੀ ਚਾਹੁੰਦੇ ਹਾਂ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਉਹ ਇਕੱਲੇ ਬੰਦੇ ਨੂੰ, ਅਸੀਂ ਤਾਂ ਹੋਰ ਕੌਣ ਨਹੀਂ ਮੰਗਦੇ ਗੇ। ਉਹਨੂੰ ਫਾਂਸੀ ਇਕੱਲੇ ਹੋਣੀ ਚਾਹੀਦੀ ਬਸ, ਅਸੀਂ ਹੋਰ ਕੌਣ ਨਹੀਂ ਮੰਗਦੇ, ਸਾਡੀ ਕੋਈ ਮੰਗ ਨਹੀਂ ਗੀ। ਜੇ ਨਹੀਂ ਪ੍ਰਸ਼ਾਸਨ ਕੁਝ ਕਰਦਾ, ਨਹੀਂ ਪੁਲਿਸ ਕੁਝ ਕਰਦੀ ਗੀ, ਤਾਂ ਸਾਡੇ ਪਿੰਡ ਦੇ ਲੋਕਾਂ ਦੇ ਹੱਥ ਆ ਗਿਆ ਕਿ ਜਿੱਦਾਂ ਵੀ ਆ ਗਿਆ, ਅਸੀਂ ਤਾਂ ਸੜਕ 'ਤੇ ਧਰਨਾ ਮਾਰ ਕੇ ਅਤੇ ਅੱਗ ਲਾ ਕੇ ਸਾੜਾਂਗੇ। ਬੀਤੀ ਸ਼ਾਮ ਪਿੰਡ ਮੇਹਰ ਸਿੰਘ ਵਾਲੇ ਇੱਕ ਲੜਕੀ ਨਾਲ ਰੇਪ ਦੀ ਮਤਲਬ ਕਿ ਸ਼ਿਕਾਇਤ ਮਿਲੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਜਿਹੜਾ ਕਿ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਸੀਂ ਮੁਕੱਦਮਾ ਦਰਜ ਕੀਤਾ। ਦੋਸ਼ੀ ਟੀਮਾਂ ਬਣਾ ਦਿੱਤੀਆਂ ਗਈਆਂ, ਦੋਸ਼ੀ ਦੀ ਭਾਲ ਲਈ ਛਾਪੇਮਾਰੀ ਜਾਰੀ ਆ। ਜਲਦ ਤੋਂ ਜਲਦ ਦੋਸ਼ੀ ਨੂੰ ਫੜ ਕੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਜਾਊਗਾ। ਬਾਬਾ ਅਗੋਰੀ ਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ। ਮੋਬਾਈਲ ਨੰਬਰ 9815705376।